ਉੱਥੇ ਜਾ ਕੇ ਮੇਰੇ ਪੁੱਤ ਨੇ 3 ਸਾਲ ਬਹੁਤ ਵਧੀਆ ਲਾਏ ਆ। ਪਹਿਲੇ ਮਹੀਨੇ 10-11 ਤਰੀਕ ਨੂੰ ਆਉਣਾ ਸੀ ਉਹਨੇ, ਤੇ 2 ਤਰੀਕ ਨੂੰ ਮੇਰੇ ਪੁੱਤ ਨੂੰ ਸੱਟ ਲੱਗ ਗਈ ਆ। ਤੇ ਹੁਣ 7ਵਾਂ ਮਹੀਨਾ ਜਾਣ ਡਿਆ ਮੇਰੇ ਪੁੱਤ ਨੂੰ ਮੰਜੀ 'ਤੇ ਪਏ ਨੂੰ, ਤੇ ਹਾਲਤ ਬਹੁਤ ਮਾੜੀ ਆ। ਡਾਕਟਰਾਂ ਨੇ ਵੀ ਕਹਿਤਾ ਘਰ ਲੈ ਜਾਓ, ਕੁਛ ਇਲਾਜ ਬਣੋ, ਅਸੀਂ ਲਏ ਹਾਂ। ਡਾਕਟਰਾਂ ਨੇ 10-12 ਦਿਨ ਅਸੀਂ ਰੱਖਿਆ, 10 ਕੁ ਦਿਨ 10-11 ਦਿਨ ਰੱਖਿਆ ਵਾ, ਬਸ ਸਾਡੇ ਕੋਲ ਪੈਸੇ ਨਹੀਂ ਹੈਗੇ ਤੇ ਅਸੀਂ ਇਲਾਜ ਕਰਾਇਆ ਨਹੀਂ ਗਿਆ, ਫਿਰ ਆਪਾਂ ਘਰ ਲਏ, ਵਾਪਸ ਲਏ। ਪਤਾ ਨਹੀਂ ਸਾਨੂੰ ਤਾਂ ਇੰਨੀ ਗੱਲ ਹੀ ਆਉਂਦੇ ਆ ਵੀ ਉੱਧਰ ਜਨਾਨੀ ਚਲਾਉਣ ਡਈ, ਗੱਡੀ ਚਲਾਉਂਦੀ ਤੇ ਤੁਰਿਆ ਜਾਣ ਡਿਆ ਤੇ ਸਾਈਡ ਮਾਰ ਕੇ ਸੁੱਟ ਗਈ ਆ। ਅੱਜ ਇਸ ਤਰ੍ਹਾਂ ਹੀ ਭੈਣ ਭਰਾਵਾਂ ਨੇ ਪਿੰਡ ਵਾਲਿਆਂ ਥੋੜ੍ਹੀ ਬਹੁਤੀ ਮਦਦ ਕੀਤੀ ਆ, ਅਤੇ ਉਹਦੇ ਕਰਕੇ ਚਲੋ ਥੋੜ੍ਹਾ ਬਹੁਤ ਸਾਡਾ ਇਲਾਜ ਹੋਣ ਡਿਆ ਵਾ। ਕੁਛ ਭੈਣ ਭਰਾਵਾਂ ਨੇ ਕੋਈ ਕਿਸੇ ਨੇ 1000 ਦੇਤਾ, ਕਿਸੇ ਨੇ 2000 ਦੇਤਾ, ਉਹਦੇ ਕਰਕੇ ਕਿਉਂ ਅਜੇ 10-12 ਦਿਨ ਹੀ ਹੋ ਗਏ ਲਿਆਂਦੇ ਨੂੰ, ਅਤੇ ਦਵਾਈ ਆਪਾਂ ਉਦੋਂ ਨਾਲ ਉਹਨਾਂ ਦਿੱਤੀ ਡਾਕਟਰਾਂ ਨੇ, ਅਤੇ ਹੁਣ ਆਪਾਂ 2-3 ਦਿਨ ਹੋ ਗਏ ਲੈ ਕੇ ਆਏ ਹਾਂ। ਹੁਣ ਗਾਹ ਫਿਰ ਪੈਸੇ ਹੋਣਗੇ ਤਾਂ ਫਿਰ ਹੀ ਲੈਣ ਜਾਵਾਂਗੇ, ਅਤੇ ਤੁਹਾਨੂੰ ਪਤਾ ਪੈਸਿਆਂ ਤੋਂ ਬਗੈਰ ਤਾਂ ਦਵਾਈ ਵੀ ਨਹੀਂ ਆਉਂਦੀ। ਹੋਸਪਿਟਲ 'ਚ ਨਹੀਂ ਦਾਖਲ ਕਰਵਾਇਆ ਇਹਨੂੰ, ਕਿਉਂਕਿ ਚੰਗਾ ਇਲਾਜ ਹੋ ਜਾਏ, ਜੇ ਉਹ ਆਪਣੇ ਪੈਰਾਂ 'ਤੇ ਚੱਲ ਸਕਦਾ ਵਾ, ਉਹਦਾ ਦਿਮਾਗ ਦਾ ਇਲਾਜ ਹੋ ਸਕਦਾ। ਵੱਡੇ ਹੋਸਪਿਟਲ ਨਹੀਂ ਇਲਾਜ ਕਰਾਇਆ? ਕਰਾ ਸਕਦੇ ਹਾਂ ਪਰ ਪੈਸੇ ਨਹੀਂ ਨਾ ਹੈਗੇ, ਕਰਾਉਣ ਨੂੰ ਤਾਂ ਹੋ ਵੀ ਸਕਦਾ ਇਲਾਜ ਵੀ, ਜੇ ਪੈਸੇ ਹੋਣ ਤਾਂ ਸਭ ਕੁਛ ਹੀ ਹੋ ਜਾਂਦਾ ਵਾ। ਮੈਂ ਉਹ ਮੰਗ ਕਰਦੀ ਮੇਰੇ ਪੁੱਤ ਦਾ ਇਲਾਜ ਹੋ ਜਾਏ, ਮੇਰਾ ਪੁੱਤ ਫਿਰ ਆਪਣੇ ਕਾਰੋਬਾਰ ਚੁੱਕ ਲਵੇ, ਮੇਰਾ ਪੁੱਤ ਫਿਰ ਪਹਿਲਾਂ ਵਰਗਾ ਹੋ ਜਾਏ, ਬਸ ਮੈਂ ਉਹ ਵੀਰਾਂ ਕੋ ਮੰਗ ਕਰਦੀ ਹਾਂ। ਮੇਰੇ ਵੀਰਾਂ ਗੜੀ ਇਹੋ ਅਰਦਾਸ ਆ, ਕੋਈ ਵੀ ਸਸਤਾ ਵਾ ਜਾਂ ਮੇਰੇ ਵੀਰ ਨੇ ਪਰਦੇਸਾਂ 'ਚ ਪੁੱਤ ਮੇਰੇ ਬੈਠੇ ਆ, ਮੇਰੇ ਪੁੱਤ ਦਾ ਇਲਾਜ ਕਰਾ ਦੇਣ। ਸਰ ਪ੍ਰੋਬਲਮ ਇਹਨਾਂ ਨੂੰ ਇਹੀ ਹੈ ਕਿ ਇਹ ਨਿਊਰੋ ਦੇ ਪੇਸ਼ੈਂਟ ਹੈਗੇ ਆ, ਅਤੇ ਦੂਸਰਾ ਇਹਨਾਂ ਨੂੰ ਗਲੇ 'ਚ ਟ੍ਰਕੋਸਟਮੀ ਪਈ ਹੋਈ ਹੈ, ਜਿਸ ਕਰਕੇ ਚੈਸਟ ਬਲੋਕ ਕਰਕੇ ਸਾਨੂੰ ਗਲੇ 'ਚ ਪਾਣੀ, ਉਸ ਜਿਹੜਾ ਸਾਹ ਹੈ ਉਹ ਮੂੰਹ ਦੇ ਰਸਤੇ ਨਹੀਂ ਲੈ ਰਹੇ, ਉਸਦੇ ਰਸਤੇ ਹੀ ਲੈ ਰਹੇ ਨੇ। ਔਰ ਉਹ ਕਲੀਅਰ ਹੋਊਗੀ, ਚੈਸਟ ਕਲੀਅਰ ਹੋਊਗੀ, ਫਿਰ ਇਹ ਬੋਲ ਪਾਣਗੇ, ਗਲੇ 'ਚੋਂ ਪਾਈਪ ਬਾਹਰ ਆਊਗੀ, ਅਤੇ ਫਿਰ ਇਹ ਬੋਲਣਗੇ ਅਤੇ ਖਾਣਗੇ, ਫੀਡ ਪਾਈਪ ਇਹਨਾਂ ਦੇ ਪੇਟ 'ਚ ਲੱਗੀ ਹੈ, ਖਾਣਾ ਉਹਦੇ ਰਾਹੀਂ ਜਾ ਰਿਹਾ। ਦੂਸਰੀ ਇਹ ਪ੍ਰੋਬਲਮ ਹੈ ਕਿ ਮੈਡੀਸਿਨ ਕੋਈ ਵੀ ਖਤਮ ਹੋ ਜਾਂਦੀ ਹੈ, ਘਰ ਦੇ ਇੱਥੇ ਸਾਧਨ ਕੋਈ ਨਹੀਂ ਹੈਗਾ ਜਾਂ ਕੋਈ ਲਿਆ ਕੇ ਦੇਣ ਵਾਲਾ ਨਹੀਂ ਹੈਗਾ, ਫਿਰ ਉਹ 2-2, 3-3 ਦਿਨ ਮਿਸ ਹੋ ਜਾਂਦੀ ਹੈ ਮੈਡੀਸਿਨ। ਇਹ ਗੁੱਡ ਪੁਆਇੰਟ ਹੈਗਾ ਕਿ ਉਹ ਠੀਕ ਹੋ ਸਕਦਾ, ਬਟ ਉਹ ਫਿਰ ਹੀ ਠੀਕ ਹੋ ਸਕਦਾ ਅਗਰ ਉਹਦੀ ਫਿਜ਼ੀਓਥੈਰੇਪੀ ਡਾਕਟਰ ਲੱਗੇ, ਪਰ ਡਾਕਟਰ ਦੇ ਵੀ ਵਿਜ਼ਿਟ ਦੇ ਪੈਸੇ ਨਹੀਂ ਦੇ ਪਾ ਰਹੇ, ਤੇ ਖੁਦ ਕਹਿ ਰਹੇ ਨੇ ਵੀ ਮੈਡਮ ਆਪਾਂ ਤੁਹਾਡੇ ਵੀ ਨਹੀਂ ਕਰ ਪਾਵਾਂਗੇ ਤੇ ਤੁਹਾਨੂੰ ਵੀ ਜਾਣਾ ਪਏਗਾ। ਬਟ ਮੈਂ ਜਾਣ ਨੂੰ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਬਟ ਇਹ ਹੈ ਕਿ ਅਗਰ ਮੈਂ ਵੀ ਚਲੀ ਗਈ ਨਾ, ਫਿਰ ਪੇਸ਼ੈਂਟ ਦਾ ਰਿਕਵਰੀ ਤੋਂ ਹੋਣਾ ਬਹੁਤ ਦੂਰ ਦੀ ਗੱਲ ਹੈ, ਪੇਸ਼ੈਂਟ ਸਿੱਕ ਵੀ ਹੋ ਸਕਦਾ। ਸਤਿ ਸ਼੍ਰੀ ਅਕਾਲ, ਪ੍ਰਾਈਮੋ ਦੇ ਵਿਖਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਜਗਜੀਤ ਸਿੰਘ। ਦਰਸ਼ਕੋ, ਅੱਜ ਅਸੀਂ ਸਰਹੱਦੀ ਤਹਿਸੀਲ ਇਨਾਲਾ ਦੇ ਪਿੰਡ ਗਲ ਵਿੱਚ ਪਹੁੰਚੇ, ਜਿੱਥੋਂ ਦੇ ਕਿ ਇੱਕ ਗੱਲ ਕਰੀਏ ਤਾਂ ਛੋਟੇ ਘਰ ਦੀ ਗੱਲ ਕਰ ਰਹੇ ਹਾਂ, ਛੋਟੇ ਕਿਸਾਨ ਦੀ ਗੱਲ ਕਰ ਰਹੇ ਹਾਂ, ਜੋ ਕਿ ਪਹਿਲਾਂ ਤਾਂ 12 ਸਾਲ ਪਹਿਲਾਂ ਉਸਦੇ ਪਤੀ ਦੀ ਡੈਥ ਹੋ ਗਈ, ਫਿਰ ਆਪਣੇ ਪੁੱਤ ਨੂੰ ਜਵਾਨ ਕੀਤਾ ਅਤੇ ਇੱਕ ਮਨ ਵਿੱਚ ਚਾਅ ਆਇਆ ਕਿ ਪੁੱਤ ਨੂੰ ਜਵਾਨ ਕਰਕੇ ਵਿਦੇਸ਼ਾਂ 'ਚ ਭੇਜਾਂਗੀ ਅਤੇ ਚੰਗੀਆਂ ਕਮਾਈਆਂ ਕਰੇਗਾ ਅਤੇ ਸਾਡੀ ਗਰੀਬੀ ਨੂੰ ਚੱਕੇਗਾ। ਪਰ ਕੁਦ ਰੱਬ ਨੂੰ ਕੁਛ ਭਾਣਾ ਹੋਰ ਹੀ ਮਨਜ਼ੂਰ ਸੀ, ਬੱਚੇ ਦਾ ਜਿਹੜਾ ਵਾ ਉਹ ਦੁਬਈ ਦੇ ਵਿੱਚ ਹੀ, ਬਾਹਰ ਵਿਦੇਸ਼ਾਂ ਵਿੱਚ ਹੀ ਬੱਚੇ ਦਾ ਐਕਸੀਡੈਂਟ ਹੋ ਗਿਆ ਅਤੇ ਗੰਭੀਰ ਸੱਟਾਂ ਲੱਗੀਆਂ। ਪਰ ਅੱਜ ਦੀ ਕੀ ਹਾਲਾਤ ਨੇ, ਬੱਚਾ ਬਿਲਕੁਲ ਜਿਹੜਾ ਕਿ ਕੁਦਰਤ ਦੀ ਗੱਲ ਕਰੀਏ ਤਾਂ ਇਸ ਵੇਲੇ ਦਿਮਾਗ ਤੋਂ ਪੈਦਲ ਹੋ ਚੁੱਕਾ ਆ ਬੱਚਾ, ਜਿਹੜਾ ਵਾ ਕਾਫੀ ਸੱਟਾਂ ਲੱਗਣ ਦੇ ਨਾਲ ਬੱਚੇ ਦਾ ਸਾਰੇ ਅੰਗ ਜਿਹੜੇ ਆ ਉਹ ਚੱਲਣੋਂ ਬੰਦ ਹੋ ਚੁੱਕੇ ਨੇ, ਦਿਮਾਗੀ ਸੰਤੁਲਨ ਜਿਹੜਾ ਬਿਲਕੁਲ ਖਤਮ ਹੋ ਚੁੱਕਾ ਹੈ। ਇਸ ਵੇਲੇ ਬੱਚਾ ਜੇ ਗੱਲ ਕਰੀਏ ਜੀ ਤਾਂ ਰਿਹਾ ਆ, ਪਰ ਰੱਬ ਦੇ ਸਹਾਰੇ ਜੀ ਰਿਹਾ ਵਾ, ਇਸ ਵੇਲੇ ਬਿਲਕੁਲ ਉਹਨੂੰ ਮੈਡੀਕਲ ਟ੍ਰੀਟਮੈਂਟ 'ਤੇ ਹੀ ਜੀ ਰਿਹਾ ਵਾ। ਘਰ ਦੇ ਹਾਲਾਤ ਗੰਭੀਰ ਮਾੜੇ ਨੇ, ਘਰ ਦੇ ਹਾਲਾਤ ਜਿਹੜੇ ਉਹ ਟਾਈਮ ਪਾਸ ਕਰ ਰਹੇ ਨੇ, ਕਿਉਂਕਿ ਇੱਕ ਉਹੀ ਬੱਚਾ ਸੀ ਜਿਹੜਾ ਰੋਟੀ ਰੋਜੀ ਚਲਾ ਰਿਹਾ ਸੀ, ਉਸਨੇ ਹੀ ਸਾਰਾ ਜੇ ਪਿਓ ਤੋਂ ਬਾਅਦ ਜਿਹੜੀ ਰੋਜੀ ਰੋਟੀ ਚਲਾਉਣੀ ਸੀ, ਆਪਣੀਆਂ 2 ਭੈਣਾਂ ਦਾ ਵਿਆਹ ਕਰਨਾ ਸੀ ਅਤੇ ਆਪਣੇ ਛੋਟੇ ਛੋਟੇ ਭਣੇਵੇਂ ਸੀਗੇ ਬੱਚੇ ਉਹਨਾਂ ਨੂੰ ਪਾਲਣਾ ਸੀ। ਪਰ ਇਸ ਵੇਲੇ ਦੀ ਕੀ ਹਾਲਾਤ ਨੇ ਉਹ ਸਾਡੇ ਨਾਲ ਮਾਤਾ ਜੀ ਮੌਜੂਦ ਨੇ, ਕਿਉਂਕਿ ਜਿਸ ਹਾਲਾਤਾਂ ਹੀ ਨਿਕਲ ਰਹੇ ਨੇ, ਮਾਤਾ ਜੀ ਨਾਲ ਗੱਲ ਕਰਾਂਗੇ। ਹਾਂ, ਮਤੇ ਕੀ ਨਾਂ ਆਪਣਾ ਜੀ? ਮੇਰਾ ਨਾਂ ਹਰਜੀਤ ਕੌਰ ਆ। ਹਾਂਜੀ, ਮਤੇ ਗੱਲ ਕਰੀਏ ਤੁਹਾਡੇ ਬੱਚੇ ਦੀ, ਤਾਂ ਕਿਸ ਤਰੀਕੇ ਨਾਲ ਤੁਸੀਂ ਭੇਜਿਆ ਸੀ, ਕੀ ਹਾਲਾਤ ਸੀਗੇ ਘਰ ਦੇ? ਹਾਲਾਤ ਤੇ ਉਹ ਬਹੁਤ ਮਾੜੇ ਸੀ, ਤੇ ਭੇਜਿਆ ਵੀ ਚੁੱਕ ਚੁਕਾ ਕੇ ਸੀ, ਭੈਣਾਂ ਭਰਾਵਾਂ ਕੋਲ ਪੈਸੇ ਲਏ, ਕੁਛ ਵੀ ਇਸ ਤਰ੍ਹਾਂ ਹੀ ਚੁੱਕ ਚੁਕਾ ਕੇ ਤੇ ਮੈਂ ਬਾਹਰ ਘਲਾਤਾ, ਵੀ ਇਹੋ ਹੀ ਵੀ ਚੱਲ ਕਮਾਈ ਕਰੂਗਾ ਤੇ ਘਰ ਦੇ ਦਿਨ ਬਦਲ ਜਾਣਗੇ। ਪਰ ਉੱਥੇ ਜਾ ਕੇ ਮੇਰੇ ਪੁੱਤ ਨੇ 3 ਸਾਲ ਬਹੁਤ ਵਧੀਆ ਲਾਏ ਆ,
पहले महीने 10-11 तरीक नूं आउणा ही उहने ते 2 तरीक नूं मेरे पुत नूं सट लग गई है। मेरे गुड्डी दा विआह दित्ता ही ते विआह करन आउणा ही मेरे पुत ने ते इस करके उत्थे आउण तों पहलों ही 2 तरीक नूं ही सट लग गई है ते बाद च आया नहीं गया ते हुण 7वां महीना जाण डिआ मेरे पुत नूं मंजी ते पए नूं ते हालत बहुत माड़ी आ। डॉक्टरां ने भी कहता घर लै जाओ कुछ इलाज कुण असीं लए आ। ਡਾਕਟਰਾਂ ਨੇ 10-12 ਦਿਨ ਅਸੀਂ ਰੱਖਿਆ 10 ਕੁ ਦਿਨ 10-11 ਦਿਨ ਰੱਖਿਆ ਵਾ ਬਸ ਸਾਡੇ ਕੋਲ ਪੈਸੇ ਨਹੀਂ ਹੈਗੇ ਤਾਂ ਅਸੀਂ ਇਲਾਜ ਕਰਾਇਆ ਨਹੀਂ ਗਿਆ ਫਿਰ ਆਪਾਂ ਘਰ ਲਏ ਵਾਪਸ ਲਏ ਹਾਂ ਅਤੇ ਬੱਚੇ ਦੀ ਹਾਲਤ ਤਾਂ ਅਜੇ ਉਸ ਤਰ੍ਹਾਂ ਦੀ ਆ ਵਿਚਾਰਾ ਜੇ ਵੀ ਇਲਾਜ ਹੋਵੇ ਤਾਂ ਮੇਰਾ ਪੁੱਤ ਠੀਕ ਹੋ ਜੇ ਅਤੇ ਇਲਾਜ ਨਹੀਂ ਹੋਣ ਡਿਆ ਮੇਰੇ ਪੁੱਤ ਦਾ। ਸੱਟ ਲੱਗਣ ਤੋਂ ਪਹਿਲਾਂ ਤੁਹਾਡੇ ਨਾਲ ਕੋਈ ਗੱਲ ਕੀਤੀ ਤੁਹਾਡੇ ਬੱਚੇ ਨੇ ਕੋਈ ਗੱਲ ਕੀਤੀ ਹੋਵੇ ਵੀ ਮਾਂ ਮੈਂ ਗਰੀਬੀ ਚੁੱਕ ਦੇਣੀ ਆ ਘਰ ਤੁਸੀਂ ਪਰਵਾਹ ਨਹੀਂ ਕਰਨੀ ਕੋਈ ਗੱਲਾਂ ਹੋਈਆਂ ਹੋਣ ਤੁਹਾਡੇ ਨਾਲ? 1 ਤਰੀਕ ਨੂੰ ਮੇਰੇ ਬੇਟੇ ਨੇ ਪੈਸੇ ਪਾਏ ਆ ਦੁਪਹਿਰੀ ਪਾਏ ਆ ਅਤੇ ਸਾਨੂੰ ਉਹਨੇ ਪੈਸੇ ਪਾ ਕੇ ਕਿਹਾ ਵੀ ਮੰਮੀ ਮੈਂ ਥੋੜ੍ਹੇ ਜਿਹੇ ਪੈਸੇ ਪਾਉਣ ਲੱਗਾ ਸੌਦਾ ਪੱਤਾ ਲਿਓ ਮੈਂ ਥੋੜ੍ਹੇ ਦਿਨਾਂ ਤੀਕ ਆ ਜਾਣਾ ਵਾ ਫਿਰ ਮੈਂ ਪੈਸੇ ਲੈ ਆਉਣੇ ਆ ਅਤੇ ਫਿਰ ਮੈਂ ਭੈਣ ਦਾ ਵਿਆਹ ਕਰ ਦੂੰਗਾ ਆਣ ਕੇ ਅਤੇ ਉਹ ਹੀ ਪੈਸੇ ਪਾਏ ਉਹ ਹੀ ਗੱਲਬਾਤ ਹੋਈ ਆ ਬਸ ਬਾਅਦ 'ਚ ਉਹਨੇ ਕੋਈ ਸਾਡੇ ਨਾਲ ਨਹੀਂ ਗੱਲ ਕੀਤੀ 1 ਤਰੀਕ ਦੀ ਗੱਲ ਹੋਈ ਆ ਪਹਿਲੇ ਮਹੀਨੇ ਦੀ ਆ 7ਵਾਂ ਮਹੀਨਾ ਜਾਣ ਡਿਆ ਕੋਈ ਗੱਲਬਾਤ ਨਹੀਂ ਕੀਤੀ ਪਹਿਲਾਂ ਫੋਨ ਆਉਂਦਾ ਰਿਹਾ ਵਾ ਬੜੀਆਂ ਸੋਹਣੀਆਂ ਗੱਲਾਂ ਕਰਦਾ ਰਿਹਾ ਪਰ ਲਾਸਟ ਉਹਦਨ 1 ਤਰੀਕ ਨੂੰ ਹੀ ਫੋਨ ਆਇਆ ਦੁਪਹਿਰੀ ਬਾਅਦ 'ਚ ਨਹੀਂ ਕੋਈ ਗੱਲ ਹੋਈ। ਕਿਸ ਤਰੀਕੇ ਨਾਲ ਐਕਸੀਡੈਂਟ ਹੋਇਆ ਪਤਾ ਲੱਗਾ ਉਸ ਚੀਜ਼ ਦਾ ਸਾਹਮਣੇ ਆਈ ਕੋਈ ਚੀਜ਼ ਵੀ ਕਿਸ ਤਰੀਕੇ ਨਾਲ ਐਕਸੀਡੈਂਟ ਹੋਇਆ? ਪਤਾ ਨਹੀਂ ਸਾਨੂੰ ਤਾਂ ਇੰਨੀ ਗੱਲ ਹੀ ਆਉਂਦੇ ਆ ਵੀ ਉੱਧਰ ਜਨਾਨੀ ਚਲਾਉਣ ਡਈ ਗੱਡੀ ਚਲਾਉਂਦੀ ਅਤੇ ਤੁਰਿਆ ਜਾਣ ਡਿਆ ਅਤੇ ਸਾਈਡ ਮਾਰ ਕੇ ਸੁੱਟ ਗਈ ਆ ਅਤੇ ਜਦੋਂ ਉੱਧਰ ਮੁੰਡਾ ਹੀ ਸਾਡਾ ਉਹ ਗਿਆ ਵਾ ਉੱਥੇ ਥਾਣੇ ਦੇ ਵਿੱਚ ਗਿਆ ਉਹਨੇ ਆਖਿਆ ਜੁਰਮਾਨਾ 1000 ਰੁਪਈਆ ਰੱਖਿਆ ਜਨਾਨੀ ਦੇ ਉੱਧਰ ਕੋਈ ਫੜ ਨਹੀਂ ਹੁੰਦੀ ਉਹ 1000 ਰੁਪਈਆ ਦੇ ਕੇ ਅਤੇ ਚਲੀ ਗਈ ਆ ਅਤੇ ਕੋਈ ਕੇਸ ਨਹੀਂ ਚੱਲਿਆ ਕੁਛ ਨਹੀਂ ਹੋਇਆ ਬਾਅਦ 'ਚੋਂ ਕਾਰਵਾਈ ਕੋਈ ਜਨਾਨੀ 'ਤੇ ਹੋਈ ਨਹੀਂ ਨਾ ਕੋਈ ਮਗਰ ਆਇਆ ਵਾ ਰਬਾਬ ਨੂੰ ਕਿਹਾ ਵਾ ਵੀ ਮਗਰ ਜਾਂਦਾ ਹੋਏਗਾ ਪਰ ਰਬਾਬ ਵੀ ਨਹੀਂ ਗਿਆ ਤਾਂ ਮਾਲਕ ਕੋਈ ਨਹੀਂ ਮਗਰ ਗਿਆ ਬਸ ਇਹਦੇ ਪਤਾ ਨਹੀਂ ਉੱਧਰ ਇਨਸੋਰਸ ਹੋਈ ਸੀ ਉਹਨਾਂ 2 ਮਹੀਨੇ ਇਲਾਜ ਕੀਤਾ ਜਦੋਂ ਪੈਸੇ ਖਤਮ ਹੋ ਗਏ ਤਾਂ ਉਹਨਾਂ ਆਖਿਆ ਲੈ ਜਾਓ ਇਹਨੂੰ ਵਾਪਸ। ਅੱਜ ਹੁਣ ਕਿਸ ਹਾਲਾਤਾਂ 'ਚ ਰਹਿ ਰਿਹਾ ਬੱਚਾ? ਕਿਉਂਕਿ ਹੁਣ ਤੁਸੀਂ ਦੇਖ ਰਹੇ ਸੀ ਕਿ ਕਾਫੀ ਗੰਭੀਰ ਆ ਉਹ ਇਸ ਵੇਲੇ ਬੋਲ ਵੀ ਨਹੀਂ ਸਕਦਾ ਉਹ ਚੱਲ ਵੀ ਨਹੀਂ ਸਕਦਾ ਬਿਲਕੁਲ ਇੱਕ ਜੇ ਕਹਿ ਰਹੀਏ ਤਾਂ ਬਿਲਕੁਲ ਸਰੀਰ ਛੱਡ ਕੇ ਬੈਠਾ ਹੋਇਆ। ਹਾਲਾਤ ਤਾਂ ਬਹੁ ਉਹਦੇ ਤੁਸੀਂ ਵੇਖੇ ਹੀ ਹਾਲਾਤ ਤਾਂ ਬਹੁਤ ਮਾੜੇ ਆ ਵੀ ਨਾ ਮੈਨੂੰ ਪਛਾਣਦਾ ਉਹ ਖੁਦ ਮਾਂ ਨੂੰ ਵੀ ਨਹੀਂ ਪਛਾਣਦਾ ਬਥੇਰੀਆਂ ਆਵਾਜ਼ਾਂ ਮਾਰਦੀਆਂ ਅੱਖਾਂ ਖੋਲਦਾ ਵਾ ਮਾੜੀਆਂ ਮੋਟੀਆਂ ਲੱਤਾਂ ਬਾਹਾਂ ਹਿਲਾਉਂਦਾ ਵਾ ਪਰ ਉਹਨੂੰ ਪਤਾ ਨਹੀਂ ਵੀ ਮੈਂ ਕਿੱਥੇ ਪਿਆ ਵਾਂ ਕੌਣ ਆ ਕਿਹੜਾ ਘਰ ਆ ਕਿੱਥੇ ਆ ਮੈਂ ਨਾ ਕੂੰਦਾ ਬੋਲਦਾ ਵਾ ਨਾ ਕਿਸੇ ਨੂੰ ਪਛਾਣਦਾ ਹਾਲਾਤ ਇੱਕ ਪਾਸਾ ਵੀ ਜਿਹੜਾ ਉਹ ਵੀ ਉਹਦਾ ਕੰਮ ਕਰਨ ਨੂੰ ਹਟ ਗਿਆ ਵਾ ਅਤੇ ਇਸ ਤਰ੍ਹਾਂ ਹੀ ਰਾਤ ਵੀ ਪਿਆ ਰਹਿੰਦਾ ਦਿਨੇ ਵੀ ਪਿਆ ਰਹਿੰਦਾ ਅਤੇ ਕੋਈ ਉਹਨੂੰ ਕੁਛ ਨਹੀਂ ਪਤਾ ਦੇਣ ਦੁਨੀਆਂ ਦਾ ਹਾਲਾਤ ਤਾਂ ਬਹੁਤ ਮਾੜੇ ਮੇਰੇ ਬੇਟੇ ਦੇ। ਪਰ ਅੱਜ ਇਲਾਜ ਕਿਸ ਤਰੀਕੇ ਨਾਲ ਹੋ ਰਿਹਾ ਫਿਰ ਕਿਉਂਕਿ ਜੇ ਤੁਸੀਂ ਕਹਿ ਰਹੇ ਘਰ ਦੇ ਹਾਲਾਤ ਵੀ ਮਾੜੇ ਨੇ ਫਿਰ ਹੁਣ ਇਲਾਜ ਕਿਸ ਤਰੀਕੇ ਨਾਲ ਚੱਲ ਰਿਹਾ? ਇਲਾਜ ਇਸ ਤਰ੍ਹਾਂ ਹੀ ਭੈਣ ਭਰਾਵਾਂ ਨੇ ਪਿੰਡ ਵਾਲਿਆਂ ਥੋੜ੍ਹੀ ਬਹੁਤੀ ਮਦਦ ਕੀਤੀ ਆ ਅਤੇ ਉਹਦੇ ਕਰਕੇ ਚਲੋ ਥੋੜ੍ਹਾ ਬਹੁਤ ਸਾਡਾ ਇਲਾਜ ਹੋਣ ਡਿਆ ਵਾ ਕੁਛ ਭੈਣ ਭਰਾਵਾਂ ਨੇ ਕੋਈ ਕਿਸੇ ਨੇ 1000 ਦੇਤਾ ਕਿਸੇ ਨੇ 2000 ਦੇਤਾ ਉਹਦੇ ਕਰਕੇ ਕਿਉਂ ਅਜੇ 10-12 ਦਿਨ ਹੀ ਹੋ ਗਏ ਲਿਆਂਦੇ ਨੂੰ ਅਤੇ ਦਵਾਈ ਆਪਾਂ ਉਦੋਂ ਨਾਲ ਉਹਨਾਂ ਦਿੱਤੀ ਡਾਕਟਰਾਂ ਨੇ ਅਤੇ ਹੁਣ ਆਪਾਂ 2-3 ਦਿਨ ਹੋ ਕੇ ਲੈ ਕੇ ਆਏ ਹਾਂ ਹੁਣ ਗਾਹ ਫਿਰ ਪੈਸੇ ਹੋਣਗੇ ਤਾਂ ਫਿਰ ਹੀ ਲੈਣ ਜਾਵਾਂਗੇ ਅਤੇ ਤੁਹਾਨੂੰ ਪਤਾ ਪੈਸਿਆਂ ਤੋਂ ਬਗੈਰ ਤਾਂ ਦਵਾਈ ਵੀ ਨਹੀਂ ਆਉਂਦੀ। ਕਿਸੇ ਵੱਡੇ ਹੋਸਪਿਟਲ 'ਚ ਨਹੀਂ ਦਾਖਲ ਕਰਵਾਇਆ ਇਹਨੂੰ ਕਿਉਂਕਿ ਚੰਗਾ ਇਲਾਜ ਹੋ ਜੇ ਜੇ ਉਹ ਆਪਣੇ ਪੈਰਾਂ 'ਤੇ ਚੱਲ ਸਕਦਾ ਵਾ ਉਹਦਾ ਦਿਮਾਗ ਦਾ ਇਲਾਜ ਹੋ ਸਕਦਾ ਵੱਡੇ ਹੋਸਪਿਟਲ ਨਹੀਂ ਇਲਾਜ ਕਰਾਇਆ ਜੀ? ਕਰਾ ਸਕਦੇ ਹਾਂ ਪਰ ਪੈਸੇ ਨਹੀਂ ਨਾ ਹੈਗੇ ਕਰਾਉਣ ਨੂੰ ਤਾਂ ਹੋ ਵੀ ਸਕਦਾ ਇਲਾਜ ਵੀ ਜੇ ਪੈਸੇ ਹੋਣ ਤਾਂ ਸਭ ਕੁਛ ਹੀ ਹੋ ਜਾਂਦਾ ਵਾ ਪਰ ਸਾਡੇ ਕੋਲ ਘਰ ਦੀ ਮਜਬੂਰੀ ਕਰਕੇ ਅਸੀਂ ਤਾਂ ਵੀਰ ਜੀ ਆਪਣਾ ਪਤਾ ਨਹੀਂ ਟਾਈਮ ਪਾਸ ਕਿਤਨਾ ਕਰਦੇ ਇਹਦੇ ਸਿਰ 'ਤੇ ਸਾਰਾ ਘਰ ਬਾਹਰ ਹੀ ਜਾਂਦਾ ਇਹ ਮੰਜੀ 'ਤੇ ਪੈ ਗਿਆ ਵਾ ਅਤੇ ਸਾਡਾ ਤਾਂ ਪੈਸਿਆਂ ਦਾ ਵੀ ਸਾਧਨ ਬੰਦ ਹੋ ਗਿਆ ਅਤੇ ਤੁਹਾਨੂੰ ਵੀ ਪਤਾ ਵੀ ਭੈਣ ਭਰਾਵਾਂ ਕਿੰਨੀ ਕੁ ਮਦਦ ਕਰਨੀ ਆ ਚੁੱਕ ਕੇ ਭੈਣਾਂ ਭਰਾਵਾਂ ਦਿੱਤੇ ਹੋਏ ਲੱਥੇ ਨਹੀਂ ਤਾਂ ਮਗਰੋਂ ਇਹਨੂੰ ਸੱਟ ਲੱਗ ਗਈ ਆ ਅਤੇ ਹੁਣ ਭੈਣ ਭਰਾ ਵੀ ਕੋਈ ਸਾਥ ਨਹੀਂ ਦਿੰਦੇ ਤੁਹਾਨੂੰ ਪਤਾ ਜਿੰਨਾ ਕੁ ਹੁਣ ਕਰਨ ਡਏ ਆ ਅਤੇ ਫਿਰ ਤੱਕ ਚੰਗੇ ਹਸਪਤਾਲ ਦੇ ਵਿੱਚ ਤਾਂ ਫਿਰ ਪੈਸੇ ਚਾਹੀਦੇ ਆ ਨਾ। ਕੋਈ ਜਥੇਬੰਦੀ ਤੁਹਾਡੇ ਤੀਕਰ ਪਹੁੰਚੀ ਹੋਵੇ ਕਿਸੇ ਨੇ ਆਣ ਕੇ ਤੁਹਾਡਾ ਹੱਥ ਫੜਿਆ ਹੋਵੇ? ਹਾਲੇ ਕਿਸੇ ਨੇ ਨਹੀਂ ਹੱਥ ਫੜਿਆ ਕਿਸੇ ਨੇ ਨਹੀਂ ਕੁਛ ਨਹੀਂ ਕੀਤਾ ਕੋਈ ਨਹੀਂ ਸਾਡੇ ਕੋਲ ਆਇਆ। ਕੀ ਮੰਗ ਕਰਦੇ ਹੋ ਹੁਣ ਤੁਸੀਂ ਜਥੇਬੰਦੀਆਂ ਨੇ ਸਾਡੇ NRI ਵੀਰ ਬੜੇ ਬੈਠੇ ਨੇ ਜਿਹੜੇ ਉਹ ਇਹ ਸੇਵਾਵਾਂ ਚੁੱਕਦੇ ਨੇ ਇਹਨਾਂ ਵੀਰਾਂ ਦਾ ਇਲਾਜ ਕਰਵਾਉਂਦੇ ਨੇ ਕੀ ਹੁਣ ਮੰਗ ਕਰਦੇ ਜੱਜ? ਮੈਂ ਉਹ ਮੰਗ ਕਰਦੀ ਮੇਰੇ ਪੁੱਤ ਦਾ ਇਲਾਜ ਹੋ ਜਾਵੇ ਮੇਰਾ ਪੁੱਤ ਫਿਰ ਆਪਣੇ ਕਾਰੋਬਾਰ ਚੁੱਕ ਲਵੇ ਮੇਰਾ ਪੁੱਤ ਫਿਰ ਪਹਿਲਾਂ ਵਰਗਾ ਹੋ ਜਾਵੇ ਬਸ ਮੈਂ ਉਹ ਵੀਰਾਂ ਕੋਲ ਮੰਗ ਕਰਦੀ ਹਾਂ ਮੇਰੇ ਵੀਰਾਂ ਗੜੀ ਇਹੋ ਹੀ ਅਰਦਾਸ ਆ ਕੋਈ ਵੀ ਸੰਸਥਾ ਵਾ ਜਾਂ ਮੇਰੇ ਵੀਰ ਨੇ ਪਰਦੇਸਾਂ 'ਚ ਪੁੱਤ ਮੇਰੇ ਬੈਠੇ ਆ ਮੇਰੇ ਪੁੱਤ ਦਾ ਇਲਾਜ ਕਰਾ ਦੇਣਾ ਅਤੇ ਮੇਰਾ ਪੁੱਤ ਫਿਰ ਪਹਿਲਾਂ ਵਰਗਾ ਹੋ ਜਾਵੇ ਇਸ ਤਰ੍ਹਾਂ ਆਪਣੇ ਘਰ ਦੀ ਜ਼ਿੰਮੇਵਾਰੀ ਸਾਰੀ ਚੁੱਕ ਲਵੇ ਆਪਣੇ ਭੈਣਾਂ ਭਰਾਵਾਂ ਦੀ ਚੁੱਕ ਲਏ ਬਸ ਇਹੋ ਚਾਹੁੰਦੀ ਹਾਂ ਮੈਂ। ਠੀਕ ਤੁਸੀਂ ਕੋਈ ਫੋਨ ਨੰਬਰ ਦੇਣਾ ਚਾਹੁੰਦੇ ਜੇ ਸਾਡੇ ਦਰਸ਼ਕਾਂ ਨੂੰ ਕਿਉਂਕਿ ਸਾਡੇ ਦਰਸ਼ਕ ਵੇਖ ਰਹੇ ਨੇ ਵਿਦੇਸ਼ਾਂ 'ਚ ਬੈਠੇ ਨੇ ਉਹ ਇਸ ਚੀਜ਼ ਨੂੰ ਪਹਿਲ ਦੇ ਆਧਾਰ 'ਤੇ ਲੈਂਦੇ ਨੇ ਕਿ ਕੋਈ ਵੀ ਗਰੀਬ ਪਰਿਵਾਰ ਕੋਈ ਵੀ ਗਰੀਬ ਬੱਚਾ ਜਿਹੜਾ ਵਾ ਇਲਾਜ ਤੋਂ ਵਾਂਝਾ ਨਾ ਰਹੇ ਰੋਟੀ ਤੋਂ ਵਾਂਝਾ ਨਾ ਰਹੇ ਉਹ ਸਾਡੀ ਸਾਰ ਲੈਣਗੇ ਤੁਹਾਡੇ ਘਰ ਪਹੁੰਚਣਗੇ ਤੁਸੀਂ ਆਪਣਾ ਕੋਈ ਫੋਨ ਨੰਬਰ ਦੇਣਾ ਚਾਹੁੰਦੇ ਹੋ ਦੱਸ ਸਕਦੇ ਹੋ ਸਾਨੂੰ ਅਸੀਂ ਹੁਣੇ ਆਪਾਂ ਨੂੰ ਸਕਰੀਨ 'ਤੇ ਵੀ ਪਲੇ ਕਰਾਂਗੇ ਅਤੇ ਤੁਸੀਂ ਆਪ ਬੋਲ ਕੇ ਵੀ ਦੱਸ ਸਕਦੇ ਹੋ ਦਰਸ਼ਕਾਂ ਨੂੰ ਕਿਉਂਕਿ ਅੱਜ ਕੱਲ੍ਹ ਸਭ ਤੋਂ ਵੱਡੀ ਗੱਲ ਹੈ ਕਿ ਲੋਕ ਜਿਹੜੇ ਨੇ ਸੇਵਾਵਾਂ ਕਰਦੇ ਨੇ ਕੁਛ ਕੁਛ ਲੋੜ ਲੁੱਟਣ ਵਾਲੇ ਵੀ
हाँ जी, मेरा नंबर 97819 71895 है। जेड़े भी भैन भरा ने मेरी मदद करनी है, मेरा नंबर यह 97819 71895। हाँ जी, असी तुसी देखिया कि माता जी ने अपना नंबर बोल के दस्या है। असी एक इन्हां दी बैंक की पासबुक भी हुणे आपां शेयर करांगे, जिहड़ी कि आपां दस्सांगे कि जिहड़े भी किसी ने सज्जण ने कोई मदद करनी हो इन्हां दे अकाउंट च मदद कर सकदा है। कॉन्टैक्ट इन्हां दे नाल नंबर तुहाडा जिहड़ा असी स्क्रीन ते प्ले करांगे, तुसी इस कॉन्टैक्ट ते भी गल कर सकदे हो। साडे नाल पिंड दे सहयोगी भी नाल ने जिहड़े कि लगातार इन्हां दी सार लैंदे ने, पिंड दे लोक भी बैठे ने, आपां उन्हां नाल गल करांगे। पिंड दे लोक भी वीर जी मौजूद ने इत्थे। हाँ जी भाजी, की नाम है अपना? ना अमरीश है जी मेरा जी। हाँ जी भी जी, असी वेख रहे हैं वीर दे हालात काफ़ी गंभीर ने, इस वेले बैड ते बैठा हुआ वीर, की चल भी नहीं सकता, कुछ समझ भी नहीं सकता। इस वेले की है कि एक परमात्मा की ही बख्शिश है जी, वो इस वेले बैठा हुआ। की कहना चाहते हो, किस तरीके पिंड वालों मत रही है, तो हुण तुसी होर लोगों को की कहना चाहते हो? मत तो जिन्नी पिंड वाले किए थोड़ी बेचारे अगर पिंड भी साडा रब के नाल भी नहीं भी एडी खुल के मत नहीं करते, गरीब की नहीं होनी चाहिए मेरे मन की, तो यह गल है। तो मैं तो जो विदेशों वीर बैठे उन्होंने मेरी बेनती है भी जितों थोड़ी मदद हो सके ये करिए, तो बेचारा तुर तुर फिर सके थोड़ा बहुत। तो गरीब परिवार आ, मैं तो वह तो वह जिन्हें भी मेरे भैन भरा परदेशों विदेशों रह रहे हैं, तो महाराज इन्हें कृपा करते हैं जितों थोड़ी मदद हो सके परिवार की। की लगता कि जे कोई वीर यदि मदद करते हैं, यदि दवाई मिल जाती है, यदा चंगे होस्पिटल इलाज हो सकता, तो बच सकता है वीर, फिर दुनिया वेख सकता? वेख सकता जी, आस है दुनिया वेख सकता है जो इलाज हो जाए। हाँ जी, अरदासा रोजाना दियाँ कर डे बेचारे दियाँ कि परिवार बहुत गरीब आ, कि सतगुरु की बांह फड़े। नौजवान की जी देखभाल कर रहे हैं नर्सिंग स्टाफ वालों, वो भी साढ़े नाल मैडम मौजूद ने, क्योंकि लगातार जो तो ही बच्चा थोड़ा घर वापस आया तो तद तो ही मैडम जोड़े ने केयर कर रहे हैं इस नौजवान की। हाँ जी मैम, किस तरीके वेख रहे हो इस नौजवान को? तुम देख रहे हो सारा कि इस वे काफ़ी सीरीयस आ, कि इन प्रॉब्लम्स है माड़ा दसोगे दर्शकों? सर प्रॉब्लम इन्हों यही है कि न्यूरो के पेशेंट है, तो दूसरा इन्हों गले ट्रकोशमी पई हुई है जिस करके चैसट ब्लॉक करके सू गले पानी, उस जो सह है वो मुँह के रस्ते नहीं लै रहे, उसके रस्ते ही लै रहे हैं, और वो क्लीयर होगी, चैस क्लीयर होगी फिर ही ये बोल पाएंगे, गले चो पाइप बाहर आऊगी तो फिर ये बोलनगे तो खाने, फीड पाइप इन्हों के पेट च लगी, खाना वो राही जा रहा है। पर इन्हों मतलब कि थोड़ा इन्हों की बॉडी बहुत ज़्यादा वीक है, अगर इन्हों रिकवरी देनी है, इन्हों एग हो गया, दुध हो गया, या इन्हों जिस तरह सूप वगैरह हो गया, वैजीटेबल, ये चीज़ें इन्हों नहीं जा रही, जो कि इन्हों जा रहा है रूटीन के फीड जा रही है, दाल का पानी, चने का पानी, नारियल पानी, इस तरह। बट अगर आपां नूं चाहिए कि उसकी बॉडी के थोड़ी आप इंप्रूवमेंट देिए, कि थोड़ा जो एनर्जी है, उसके लिए सानू एग जाना बहुत जरूरी है, मिल्क जाना दो टाइम बहुत जरूरी है, प्रोटीन पाउडर जाना जरूरी है, जो कि एक बार तो लए ने जो डिस्चार्ज होया, उस तो बाद हुण यह है कि महंगे करके नहीं लिया पा रहे ने। बट अगर आप प्रोटीन जाऊगा नहीं बॉडी के थोड़ा आप हैवी देंगे नहीं उन्होंने, वो फिर रिकवरी नहीं कर पाएंगे। ये प्रॉब्लम है एक तो इन्हों, तो दूसरी ये प्रॉब्लम है कि मेडिसिन कोई भी खत्म हो जाती है, घर के इतने साधन कोई नहीं है, या कोई लिया के देने वाला नहीं है, फिर वो दो दो तीन तीन दिन मिस हो जाती है मेडिसिन। ये प्रॉब्लम है कि पैसे नहीं है, जिस तरह हूँ इन्हों की मेडिसिन मिस हो गई सी, ये कहें आप अरेंज कर लगे हैं, फिर इन्होंने कोई 4-5 हज़ार अरेंज किया, फिर ये कोई 3 दिन बाद लैके आया, पर 3 दिन का आप पेशेंट को गैप नहीं पा सकते मेडिसिन का, मेडिसिन डेली ही जाना बहुत जरूरी है। बट ये है कि जितों तक सानू लगता डॉक्टर ने कहना, मैं डॉक्टर को विजिट किया टेस्ट करवा के, डॉक्टर यही कहें कि रिकवरी करूगा, सानू भी लगता रिकवरी करूगा, बट अगर मेडिकल ट्रीटमेंट प्रॉपरली दिया जाऊगा, जो मेडिकल ट्रीटमेंट प्रॉपर नहीं होगा तो रिकवरी नहीं करूगा। घर असी तुसीं देखभाल कर रहे हो, जे ही इहदा ICU चैक चंगे होस्पिटल च हुंदा तां कि जल्दी रिकवरी हो जाएगी लगदा ना? रिकवरी हाँ जी, उत्थे बेस्ट है, आपां होम नर्सिंग करदे रहे, घर भी बेस्ट हो सकदा, सारा कुछ घर अवेलेबल हो सकदा, क्योंकि साडी जिहड़ा काम है होम नर्सिंग दा ही हैगा, भी होम नर्सिंग केयर करना, तो अगर घर ट्रीटमेंट घर प्रॉपरली ट्रीटमेंट दिए जाए बेस्ट हैगा, क्योंकि घर बच्चा अपनी फैमिली च रहिंदा हैगा जां किस तरह भी, अगर सारी चीज़ां अवेलेबल होण ते, क्योंकि डॉक्टर भी ICU दे विच ते फिर रखन ना भी जा, मतलब इन्हां नूं पेमेंट नहीं हो रही, क्योंकि ICU अगर किते भी लैके जाणगे तुहानूं पता ICU दे विच बहुत खर्चा हैगा, अगर बेस्ट दे विच लैके जाणगे, स्कोर च लैके जाणगे, या किते भी 40 लैके जांदे 20,000 22,000 एक दिन दा हैगा, पर इह अरेंज नहीं कर सकदे, इह ते 1,000 रुपया अरेंज करना इन्हां लई मुश्किल होया पिआ। देख रहे हैं कि उन्होंने हाथ जो काफ़ी मुड़ चुके हैं, उन्होंने भी कुछ तरीके मूवमेंट च लिया सकते हैं? हाँ जी, हाथ भी वो ठीक हो सकते हैं, क्योंकि जो आप एक्सरसाइज करवाने ना उन्होंने फील हों, बॉडी फील हों, किसी भी तो हाथ में पिंच करोगे या कुछ भी करोगे ना उन्होंने महसूस होएगा, अगर दर्द उन्होंने महसूस होती है एक गुड पॉइंट है कि वो ठीक हो सकता है, बट वो फिर ही ठीक हो सकता है अगर वो फिजियोथेरेपी डॉक्टर लगे, पर डॉक्टर के भी विजिट के पैसे नहीं दे पा रहे, तो खुद कह रहे हैं भी मैडम आप भी नहीं कर पावे तो थोड़ू भी जाना पेगा, बट मैं जानू मैनू कोई प्रॉब्लम नहीं है, बट ये है कि अगर मैं भी चली गई ना फिर पेशेंट का रिकवरी तो होना बहुत दूर की गल है, पेशेंट सिक भी हो सकता है,
क्योंकि पेशेंट की कंडीशन क्रिटिकल हैगी है तो फैमिली को तो बिना डॉक्टर के अरेंज नहीं होना, पर बहुत जरूरी हैगा कि उधर ट्रीटमेंट प्रॉपरली मैडिकली कर दिता जाए। मेडिसिन मतलब भी ओनू मंथली मेडिसिन तो घर होनी चाहिए, स्टॉक अवेलेबल होना चाहिए, घर एक खत्म हुई आप दूसरी उस वेले मेडिसिन आए, ये नहीं कि एक मेडिसिन खत्म होगी फिर भी तीन दिन आप वेट करिए, वेट नहीं कर सकते। इस तरह सानू मेडिसिन प्रॉपर स्टॉक कर चाहिए कि मेडिसिन पई हो पहला तो ही कर। हूँ डॉक्टर को जाना विजिट होने विजिट नहीं कर पा रहे क्यों, क्योंकि एंबूलेंस का खर्चा बहुत है। वो कहें भी जो एंबूलेंस से आप पैसे देने वो हाड़ी मेडिसिन आ जाऊगी, पर यही है कि निकी 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 गल तो बहुत उधर ट्रीटमेंट रुकता पाया मुंडे का, पर मुंडा रिकवरी कर सकता क्योंकि 23 वो एज हैगी है तो रिकवरी वो फुल हो सकती है, दोनों तीनों की रिकवरी हैगी है क्योंकि ये तो मतलब जो ब्रेन के डॉक्टर है उन्होंने भी कह दिता हुआ है। तो जितों तक मैं ट्रीटमेंट दे रही मैनू 10 दिन हो गए और उन्होंने रिकवरी हो सकती है अगर ट्रीटमेंट प्रॉपरली चलूगा, फिर अदर नहीं अगर नहीं चलिया तो पेशेंट सिक भी हो सकता है। तुम वेख रहे हो कि जिदा जो स्टाफ नर्स ने वो भी दस रहे हैं कि लगातार जो रिकवरी हो सकती है, पर जो बच्चे मेडिसिन मिलेगी जो इलाज होएगा तो वो रिकवरी भी हो सकती है, चल फिर भी सकता है। पर असं भी अपने दानी सज्जनों को यह बेनती करांगे कि वध चढ़ के उसकी हैल्प की जाए, क्योंकि इस वेले माता जी जो बैंक की कापी लैके आ गए ने, असं आप सब तो पहला बैंक की कापी आप मैं कैमरामैन कहूँगा कि शो करनगी, यूँ असं बैंक की कापी विखा रहे हैं, इन्हों की अपनी कापी है, तुम्हें फोटो भी लगी हुई है, ये माता जी की कापी है। जिन्हें भी दानी वीर ने कोई दान करना है, जिस किसी ने भी हैल्प करनी है इस परिवार की, इस बैंक के खाते से कर सकता है। जो इन्होंने माता जी ने नंबर दसिया है उस नंबर पर कॉन्टैक्ट कर सकता है कि इस परिवार का भला हो सके, इस जो 23 साल का बच्चा है वह भी चल फिर सके, दुनिया में दुनिया में वेख सके। बाकी तुम असी दिखा रहे थे, असी इस पिंड मौजूद हाँ जिते कि इस उस परिवार ना मिला रहे थे जो कि बहुत गरीब परिवार है, एक बच्चे जिन्हों अपने विदेशों से भेजा सी, पर रब की गल कही कि रब का जिदा का हुक्म सगा कि विदेशों जाके भी वह पर बच्चे सट लग गई, परिवार जोड़ा सी उच्चे जाने की बजाय होर थले चला गया। पर हूँ आप दानी सज्जनों यो ही बेनती करा अपने प्राइम उदे तो कि वध चढ़ के इन्हों गरीब परिवार की मदद की जाए, जो कि यह परिवार जोड़ा वो अपने बच्चे का इलाज करा सके। बाकी जुड़े रहो प्राइमो के नवी तो नवी अपडेट देंगे प्राइमो के लिए जनाला तो जगजीत सिंह की रिपोर्ट।